ਮੈਂ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸੰਬੰਧ ਵਿੱਚ ਸ਼ਾਸਤਰੀ ਚੌਂਕ ਫਾਜ਼ਿਲਕਾ ਮੌਜੂਦ ਸੀਗਾ ਜੀ। ਮੈਨੂੰ ਮੁਖਬਰੀ ਹੋਈ ਕਿ ਜਿਹੜੀ ਸੋਨੀਆ ਉਰਫ ਗੀਤਾ ਪਤਨੀ ਬ੍ਰਹਮਦੇਵ ਵਾਸੀ ਸਬਜ਼ੀ ਮੰਡੀ ਫਾਜ਼ਿਲਕਾ ਹੈ, ਇਹ ਜਿਹੜੀ ਬਾਹਰੋਂ ਨਸ਼ੀਲਾ ਪਾਊਡਰ ਲਿਆ ਕੇ ਵੇਚਣ ਦੀ ਆਉਂਦੀ ਹੈ, ਜੇ ਇਸ ਵਕਤ ਤੋਂ ਜਿਹੜਾ ਮਲੋਟ ਦੀ ਸਾਈਡ ਤੋਂ ਲੈ ਕੇ ਆ ਰਹੀ, ਜੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਨਸ਼ੀਲੇ ਪਾਊਡਰ ਸਮੇਤ ਕਾਬੂ ਆ ਸਕਦੀ ਹੈ। ਜੋ ਮੈਨੇ ਜਿਹੜਾ ਰੁਕਾ ਲਿਖ ਕੇ ਥਾਣੇ ਪਰਚਾ ਦਰਜ ਕਰਨ ਲਈ ਭੇਜਿਆ ਅਤੇ ਨਵੇਂ ਨਿਯਮਾਂ ਤਹਿਤ SHO ਸਾਹਿਬ ਸ਼੍ਰੀ ਨਵਦੀਪ ਸਿੰਘ ਇੰਸਪੈਕਟਰ ਸਾਹਿਬ SHO ਨੇ ਜਾ ਕੇ ਨਾਕਾਬੰਦੀ ਕੀਤੀ। ਦੌਰਾਨੇ ਨਾਕਾਬੰਦੀ ਜਿਹੜੀ ਇਹ ਔਰਤ ਮਲੋਟ ਸਾਈਡ ਦੀ ਤਰਫੋਂ ਆਈ ਅਤੇ ਇਸ ਦੀ ਤਲਾਸ਼ੀ ਕੀਤੀ ਤਾਂ ਇਸਦੇ ਸੱਜੇ ਹੱਥ ਵਿੱਚ ਫੜੇ ਲਿਫਾਫੇ ਵਿੱਚੋਂ 250 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸ ਨੂੰ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਪੇਸ਼ ਅਦਾਲਤ ਕੀਤਾ ਗਿਆ। ਜੱਜ ਸਾਹਿਬ ਨੇ ਇਸ ਨੂੰ 23/11/19 ਤੱਕ ਜੁਡੀਸ਼ਲ ਰਿਮਾਂਡ 'ਤੇ ਭੇਜ ਦਿੱਤਾ ਜੀ।